ਸੂਬੇ ਅੰਦਰ ਜਿੱਥੇ ਲੋਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਨਾਜ਼ੁਕ ਬਣਦੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਹੈ। ਲੋਕਡਾਊਨ ਦੌਰਾਨ ਇੱਕ SHO ਵੱਲੋਂ ਇੱਕ ਗਰੀਬ ਸਬਜ਼ੀ ਵੇਚਣ ਵਾਲੇ ਦੀ ਸਬਜ਼ੀਆਂ ਨੂੰ ਖਿਲਾਰ ਦੇਣ ਕਾਰਨ ਉਹ ਵਿਵਾਦਾਂ 'ਚ ਘਿਰਨ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਇੱਕ ਆਂਡਾ ਚੋਰ ਪੁਲਿਸ ਵਾਲਾ ਪ੍ਰਗਟ ਹੋ ਗਿਆ। ਇਸੇ ਤਰ੍ਹਾਂ ਹੁਣ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ 'ਤੇ ਗੰਭੀਰ ਆਰੋਪ ਲੱਗੇ ਹਨ ਕਿ ਪੁਲਿਸ ਨੇ ਇੱਕ ਨੌਜਵਾਨ 'ਤੇ ਅੰਨਾ ਤਸ਼ੱਦਦ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਖਿਲਚੀ ਜਦੀਦ ਦੇ ਨੌਜਵਾਨ ਸੰਦੀਪ ਸਿੰਘ ਨੂੰ ਬੀਤੇ ਕੱਲ੍ਹ SI ਸੁਖਵਿੰਦਰ ਸਿੰਘ ਫੜ ਕੇ ਲਿਆਇਆ ਸੀ। ਮ੍ਰਿਤਕ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ 2 ਸਰਪੰਚ ਆਏ ਸੀ ਅਤੇ ਉਹਨਾਂ ਨੇ ਤਸੱਲੀ ਦਿੰਦਿਆਂ ਕਿਹਾ ਸੀ ਕਿ ਇਹ ਨੌਜਵਾਨ ਬੇਕਸੂਰ ਹੈ, ਇਸ ਨੂੰ ਛੱਡ ਦਿਓ, ਪਰੰਤੂ ਉਸ ਵੱਲੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ ਰਿਸ਼ਵਤ ਨਾ ਦੇਣ ਕਾਰਨ ਉਸ ਨੂੰ ਛੱਡਣ ਦੀ ਬਜਾਏ ਰਾਤ ਨੂੰ ਅੰਨਾ ਤਸ਼ੱਦਦ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਪਹਿਲਾਂ ਹੀ ਥਾਣੇਦਾਰ ਸੁਖਵਿੰਦਰ ਸਿੰਘ ਨੌਜਵਾਨ ਸੰਦੀਪ ਸਿੰਘ ਨਾਲ ਖਹਿਬਾਜ਼ੀ ਰੱਖਦਾ ਸੀ। ਨੌਜਵਾਨ ਆਪਣੇ ਘਰ ਵਿੱਚ ਕੱਲ੍ਹ ਮਿੱਟੀ ਦੀ ਭਰਤੀ ਪਾ ਰਿਹਾ ਸੀ ਅਤੇ ਬਿਨਾਂ ਕਿਸੇ ਕਸੂਰ ਚਿੱਟੇ ਦੇ ਦੋਸ਼ ਹੇਠ ਉਕਤ ਥਾਣੇਦਾਰ ਸੰਦੀਪ ਸਿੰਘ ਨੂੰ ਫੜ ਕੇ ਲਿਆਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੱਟਮਾਰ ਕਰਨ ਤੋਂ ਬਾਅਦ ਜਦੋਂ ਸੰਦੀਪ ਦੀ ਮੌਤ ਹੋ ਗਈ ਤਾਂ ਥਾਣੇਦਾਰ ਨੇ ਪਿੰਡ ਦੇ ਸਰਪੰਚ ਨੂੰ ਫੋਨ ਲਾ ਕੇ ਕਿਹਾ ਕਿ ਤੁਹਾਡਾ ਬੰਦਾ ਚੜ੍ਹਾਈ ਕਰ ਗਿਆ ਹੈ। ਮ੍ਰਿਤਕ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦੀ ਲਾਸ਼ ਨੂੰ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਉਸਦੇ ਲੱਤਾਂ ਪੈਰ ਸੁੱਜੇ ਹੋਏ ਸਨ ਅਤੇ ਪੈਰਾਂ 'ਤੇ ਸੋਜ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮ੍ਰਿਤਕ ਨੌਜਵਾਨ ਦੀ ਮੌਤ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਹੋਈ ਹੈ। ਇਹ ਵੀ ਦੋਸ਼ ਲਗਾਏ ਗਏ ਹਨ ਕਿ ਸੰਦੀਪ ਸਿੰਘ 'ਤੇ ਕੋਈ ਵੀ ਮੁਕੱਦਮਾ ਦਰਜ ਨਾ ਹੋਣ ਦੇ ਬਾਵਜੂਦ ਉਸ 'ਤੇ ਅੰਨਾ ਤਸ਼ੱਦਦ ਹਟਾਇਆ ਗਿਆ ਹੈ। ਮ੍ਰਿਤਕ ਸੰਦੀਪ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰੱਖਿਆ ਗਿਆ ਹੈ। ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਥਾਣਾ ਸਦਰ ਦੇ SHO ਕੁਲਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਦੇ ਕੈਮਰਿਆਂ ਤੋਂ ਬਚਦੇ ਨਜ਼ਰ ਆਏ, ਪਰ DSP ਬਰਿੰਦਰ ਸਿੰਘ ਦਾ ਕਹਿਣਾ ਹੈ ਕਿ ਬੀਤੀ ਰਾਤ ਸੰਦੀਪ ਸਿੰਘ ਨੂੰ ਪੁਲਿਸ ਫੜ ਕੇ ਲੈ ਕੇ ਆਈ ਸੀ, ਪਰ ਪੁਲਿਸ ਕਸਟਡੀ ਵਿੱਚ ਉਸਦੀ ਹਾਲਾਤ ਖਰਾਬ ਹੋ ਗਈ ਸੀ ਅਤੇ ਸਵੇਰੇ ਉਸਦੀ ਮੌਤ ਹੋ ਗਈ ਸੀ, ਪਰ SI 'ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਅਤੇ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇਗੀ। ਫਿਰੋਜ਼ਪੁਰ ਤੋਂ ਗੁਰਪੁਰ ਸਿੰਘ ਭੁੱਲਰ ਦੀ ਰਿਪੋਰਟ। ਹਾਂ ਸਰ, ਕਿਆ ਨਾਮ ਹੈ? ਡਾਕਟਰ ਸ਼ਸ਼ੀ ਭੂਸ਼ਣ। ਸਰ, ਅਭੀ ਜੋ ਪੇਸ਼ੈਂਟ ਆਇਆ, ਜੋ ਜਿਸਕੀ ਡੈਥ ਹੋਈ ਹੈ, ਜੋ ਪੁਲਿਸ ਲੈ ਕੇ ਆਈ ਹੈ, ਉਸਕੋ ਕਿਆ ਦਿੱਕਤ ਹੈ ਸਰ? ਅਭੀ ਹਮਾਰੇ ਪਾਸ ਪੇਸ਼ੈਂਟ ਲੈ ਕੇ ਆਏ ਹੈ, ਜਿਸਕਾ ਨਾਮ ਹੈ ਸੰਦੀਪ ਉਪਜੋਰਾ, ਉਸਕੋ ਸਦਰ ਥਾਣੇ ਸੇ ਲੈ ਕੇ ਆਏ ਹੈ, SI ਸੁਖਵਿੰਦਰ ਸਿੰਘ ਔਰ SI ਗੁਰਮੇਲ ਸਿੰਘ। ਹਾਂਜੀ। ਤੋ ਪੇਸ਼ੈਂਟ ਜਬ ਲੈ ਕੇ ਆਇਆ ਤੋ ਉਹਨੇ BP ਵਗੈਰਾ ਰਿਕਾਰਡ ਕਰਕੇ ਦੇਖਾ, BP ਅਨਰਿਕਾਰਡੇਬਲ ਥਾ, ਪਲਸ ਵੀ ਨਹੀਂ ਥੀ, ਪਿਊਪਲ ਚੈੱਕ ਕੀਆ, ਪਿਊਪਲ ਫਿਕਸ ਥੇ ਔਰ ਡਾਇਲੇਟਡ ਥੇ, ਤੋ ਦੇਖ ਕੇ ਤੋ ਇਹ ਲਗਤਾ ਹੈ ਪੇਸ਼ੈਂਟ ਡੋਟ ਡੈਡ ਹੈ। ਸਰ, ਆਨੇ ਸੇ ਪਹਿਲੇ ਹੀ ਡੈਡ ਥਾ ਜਾਂ ਆਪਨੇ ਚੈੱਕ ਕੀਆ? ਹਾਂਜੀ, ਬਿਲਕੁਲ, ਮਤਲਬ ਪਹਿਲੇ ਸੇ ਹੀ ਡੈਡ ਹੈ, ਹਮਾਰੇ ਪਾਸ ਜੋ ਲੈ ਕੇ ਆਏ ਡੋਟ ਡੈਡ ਹੈ, ਕੋਈ ਪਲਸ ਕੋਈ BP ਨਹੀਂ ਥੀ। ਓਕੇ ਸਰ, ਥੈਂਕ ਯੂ। ਹਾਂਜੀ ਹਾਂਜੀ, ਕੱਲ੍ਹ ਇਹਨਾਂ ਰੇਡ ਕੀਤਾ ਅਤੇ ਉਹ ਮੁੰਡਾ ਮਿੱਟੀ ਪਾਉਂਦਾ ਸੀ ਅੰਦਰ ਭਰਤੀ ਪਾਉਂਦਿਆਂ ਪਿਆ, ਅਤੇ ਉੱਥੋਂ ਜਾ ਕੇ ਇਹਨੇ ਫਾਹ ਲਿਆ ਮੇਰੇ ਭਤੀਜੇ ਨੂੰ ਅਤੇ ਹੁਣ ਮੇਰੇ ਮੁੰਡੇ ਨੂੰ, ਅਤੇ ਮੇਰੇ ਮੁੰਡੇ ਨੇ ਆ ਵੀ ਸਹੀ ਤਾਂ ਭਰਤੀ ਪਾਉਣੇ ਆ, ਸਾਡੇ ਕੋਲ ਕੀ ਹੈ ਮੈਂ ਇਹਦੇ ਨਾਲ ਬਸ ਲੱਗਦਾ ਸੀ, 3-4 ਵਾਰੀ ਅੱਗੇ ਦੇ ਮਗਰ ਪਿਆ ਹੈ, 2 ਵਾਰੀ ਅੱਗੇ ਫੜਿਆ ਇਹਨੇ ਸੁਖਵਿੰਦਰ ਨੇ। ਸੁਖਵਿੰਦਰ ਹੀ ਸਦਰ ਦਾ ਹੀ ਪਹਿਲਾਂ ਜਾ ਕੇ ਫੜਿਆ ਇਹਨਾਂ, ਅਤੇ ਉਦੋਂ ਪਿੰਡ ਵਾਲੇ ਬੰਦਾ ਛਡਾਇਆ ਵੀ ਤੂੰ ਛੱਡਦੇ, ਤੂੰ ਕਿਉਂ ਗਰੀਬ ਨੂੰ ਤੰਗ ਕਰਨਾ, ਤੂੰ ਰੋਜ਼ ਆ ਜਾਂਦਾ ਅਤੇ ਮਗਰ ਪਿਆ, ਅਤੇ ਆਣ ਕੇ ਨਾ ਅਤੇ ਉਹਨੂੰ ਕਹਿੰਦਾ ਵੀ ਨਹੀਂ ਜੀ ਨਹੀਂ ਮੈਂ ਜਾਣਾ, ਤਾਂ ਕੁਛ ਚਿੱਟਾ ਵੇਚਦਾ ਉਹਨੇ, ਆਹ ਚਿੱਟਾ ਟੋਕੋ ਨਹੀਂ ਵੇਚਦਾ, ਬਸ ਰਾਗ ਸ਼ੂ ਪੀ ਲੈਂਦਾ ਬਸ, ਆ ਅਤੇ ਤੂੰ ਛੱਡ ਦੇ ਨੂੰ ਉਦੋਂ ਛਡਾਇਆ। ਦੁਬਾਰਾ ਫਿਰ ਜਾ ਕੇ ਨੇ ਫੜਿਆ 1.5 ਮਹੀਨੇ ਬਾਅਦ, ਫਿਰ ਆ ਮੇਰੇ ਪ੍ਰਾਹੁਣਾ ਬੱਬੂ ਹੈਗਾ, ਫਿਰ ਇਹਨੇ ਛਡਾਇਆ ਵੀ ਛੱਡ ਦੇ ਇਹਨੂੰ ਤੂੰ ਜਾਣ ਦੇ, ਫਿਰ ਉਦੋਂ ਵੀ ਆ ਕੇ ਮੈਨੂੰ ਪੈਸੇ ਦਿਓ, 10,000 ਦਿਓ, ਕਦੇ 15,000 ਦਿਓ, ਅਤੇ ਉਦੋਂ ਛਡਾਇਆ, ਇਹ ਕੱਲ੍ਹ ਜਾ ਕੇ ਫਿਰ ਚੱਕ ਲਿਆ, ਅਤੇ ਰਾਤੀ ਇੱਥੇ ਇਸੇ ਜੀ ਚਿੱਟਾ ਵੇਚਦਾ, ਉਹਦੇ ਕੋਲ ਕੋਈ ਪੈਸਾ ਨਹੀਂ, ਇਹਦੇ ਕੋਲ ਨਿਕਲਿਆ ਨਾ ਉਹਦੇ ਕੋਲ ਚਿੱਟਾ, ਕੁਛ ਨਹੀਂ ਫਰਿੱਜਾ। ਮੁੰਡਾ ਹੈਗਾ 32 ਸਾਲ ਦਾ, ਵਿਆਹ 4 ਬੱਚੇ ਨੇ, 3 ਗੁੱਡੀਆਂ, ਕੁੱਟ ਕੁੱਟ ਕੇ ਮਾਰਤਾ ਰਾਤ ਨਾਲ ਲਿਆ ਕੇ, ਡੈਥ ਹੋ ਗਈ ਥਾਣੇ 'ਚ, ਹੁਣ ਹਸਪਤਾਲ ਸੱਟ ਕਰਨੇ। ਪੁਲਿਸ ਨੇ ਗੁਨਾਹ ਪੁਲਿਸ ਦਾ ਜੀ, ਸਾਡਾ ਬੰਦਾ ਦੇਣ ਕਿੱਥੋਂ ਲਿਆਂਦਾ ਸਾਡਾ, ਰਾਤੀ ਮੇਰੇ ਸਾਡੇ ਪਿੰਡ ਦੇ 2 ਸਰਪੰਚ ਆਏ ਨੇ, ਉਹਨੇ ਆਹ ਛੱਡ ਦੇ ਉਹਨੂੰ ਬੰਦੇ ਨੂੰ, ਤੂੰ ਕੋਈ ਨਹੀਂ ਛੱਡ ਦਿਆਂਗਾ, ਕੋਈ ਨਹੀਂ ਛੱਡ ਦਿਆਂਗਾ, ਕਦੇ ਆਖੇ ਮੈਂ ਉੱਥੇ ਹਾਂ, ਕਦੇ ਆਖੇ ਉੱਥੇ ਹਾਂ। ਤੁਹਾਡੀ ਕੀ ਵਜ੍ਹਾ ਜਿਹੜੀ ਮੌਤ ਦਾ ਕਾਰਨ ਕੌਣ ਹੈ? ਕੌਣ ਹੈ ਜੀ? ਇਹ ਥਾਣੇਦਾਰ ਹੀ ਹੈ।
ਕੋਟ-ਕੋਟ ਕੇ ਮਾਰਿਆ ਪਰਚਾ ਨਹੀਂ ਕੱਟਿਆ ਰਾਤ ਦਾ ਲੈਣਾ ਪਰਚਾ ਵੀ ਨਹੀਂ ਕੱਟਿਆ ਪਰਚਾ ਨਹੀਂ ਕੱਟਿਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਨੇ ਸਾਡੀ ਇਹ ਮਤ ਕਰੋ ਇਹਦੀ ਇਹਨੂੰ ਸਸਪੈਂਡ ਕਰਨਾ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਕਾਰਵਾਈ ਕਰਾਵਾਂਗੇ ਕੌਣ ਤੋਂ ਕਿਨਾ ਚੱਕ ਕੇ ਲਏ ਕਿੰਨਾ ਨੇ ਮਾਰਿਆ ਕਿੰਨਾ ਨੇ ਕੌਣ ਸੀ ਮੇਰਾ ਨਾਂ ਦੇਸਰਾਜ ਜੀ ਡੈਡ ਬੋਡੀ ਦੇਖੀ ਕੇ ਪਤਾ ਲੱਗਾ ਕਿ ਇਹਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ ਉਹਦੇ ਹਾਲਾਤ ਉਹਦੇ ਇਸ ਤਰ੍ਹਾਂ ਨੇ ਕਿ ਉਹਦੇ ਪੈਰਾਂ 'ਤੇ ਸੋਜੇ ਉਹਦੀਆਂ ਤਲੀਆਂ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਪਸਲੀਆਂ 'ਤੇ ਵੀ ਬਹੁਤ ਸੋਜ ਏ ਉਹਦੇ ਫੇਸ 'ਤੇ ਵੀ ਪੂਰੀ ਸੋਜ ਏ ਇਸ ਤੋਂ ਇਹ ਚੀਜ਼ ਪਤਾ ਲੱਗਦੀ ਕਿ ਇਹਦੀ ਡੈਥ ਜਿਹੜੀ ਰਾਤ ਦੀ ਹੋ ਚੁੱਕੀ ਸੀ ਅਤੇ ਇਹਨਾਂ ਸਾਨੂੰ ਸੁਬਾਹ ਇਹਨੂੰ ਵਾਰ ਵਾਰ ਕਾਲ ਕੀਤੀ ਕਿ ਅਸੀਂ ਮੁੰਡੇ ਨੂੰ ਮਿਲਣਾ ਇਹ ਸਾਨੂੰ ਮਿਲ ਨਹੀਂ ਦਿੰਦਾ ਸਾਨੂੰ ਟਾਈਮ ਨਹੀਂ ਦੇ ਰਿਹਾ ਹੁਣ ਜਦੋਂ ਲਾਸ਼ ਦੀ ਕੰਡੀਸ਼ਨ ਦੇਖੀਏ ਤਾਂ ਸਾਨੂੰ ਇਹ ਪਤਾ ਲੱਗ ਚੁੱਕਿਆ ਕਿ ਇਹਦੀ ਡੈਥ ਰਾਤ ਦੀ ਹੋ ਚੁੱਕੀ ਸੀ ਅਤੇ ਇਹਨੂੰ ਕੁੱਟ ਕੁੱਟ ਕੇ ਡੈਥ ਕੀਤੀ ਸੁਖਵਿੰਦਰ ਸਿੰਘ ASI ਇਹਨੂੰ ਇੱਕ ਝੂਠੇ ਜਿਹੇ ਮੁਕਦਮੇ 'ਚ ਇਹਨੂੰ ਉੱਥੋਂ ਫੜ ਕੇ ਲਿਆਂਦਾ ਕਿ ਇਹਦੇ 'ਤੇ ਇਹ ਚਿੱਟੇ ਦਾ ਕੰਮ ਕਰਦਾ ਜੀ ਠੀਕ ਹੈ ਜਦਕਿ ਉਹਦੇ ਕੋਲ ਕੋਈ ਚੀਜ਼ ਬਰਾਮਦ ਨਹੀਂ ਹੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਚੀਜ਼ ਨਹੀਂ ਉਹਦੇ ਕੋਲ ਫੜੀਚੀ ਅਸੀਂ ਰਾਤੀ ਲੈਣ ਆਏ ਹਾਂ ਪਰ ਇਹਨੇ ਸਾਡੇ ਕੋਲ 50,000 ਦੀ ਮੰਗ ਕੀਤੀ ਕਿ ਸਾਨੂੰ 50,000 ਦਿਓ ਬੰਦਾ ਤਾਂ ਛੱਡਾਂਗੇ ਕਿੰਨੇ ਬੰਦੇ ਲਿਆਏ ਫੜ ਕੇ ਇਹ ਹੈਗੇ ਸੀ 5-6 ਜਣੇ ਇੱਕ ਗੁਰਨਾਮ ਸਿੰਘ ASI ਇੱਕ ਇਹ ਇੱਕ ਮੰਨਾ ਅਤੇ ਇੱਕ ਉਹਦੇ ਨਾਲ ਹੋਰ ਸੀ ਸਰਦਾਰ ਮੁੰਡਾ ਪਿੰਡ ਤੋਂ ਇਹ ਮੁੰਡੇ ਇਕੱਲੇ ਨੂੰ ਫੜ ਕੇ ਲਿਆਏ ਸੀ ਉਹ ਮੁਲਾਜ਼ਮ 6-7 ਜਣੇ ਸੀ ਜੀ ਇੱਕ ਜਣੇ ਤੁਸੀਂ ਕਹਿ ਰਹੇ ਬਾਹਰ ਟੁੱਟੀ ਹੈ ਉਹਨੇ ਕੁੱਟਮਾਰ ਕੀਤੀ ਉਹ ਕੌਣ ਉਹ ਮੁੰਡਾ ਕਿਸੇ ਹੋਰ ਜਗ੍ਹਾ ਦਾ ਸੀ ਉਹ ਵੀ ਆਇਆ ਸੀ ਇੱਥੇ ਉਹਨੂੰ ਰਾਤ ਜਦੋਂ ਦੀ ਬਾਂਹ ਟੁੱਟ ਕੇ ਉਹਨੂੰ ਛੱਡ ਦਿੱਤਾ ਗਿਆ ਉਹਨਾਂ ਬੰਦਿਆਂ ਨੇ ਸਾਨੂੰ ਇਹ ਗੱਲ ਦੱਸੀ ਕਿ ਇੱਕ ਜਿਹੜਾ ਉਹਨੇ ਇਹ ਗੱਲ ਨੋਰਮਲ ਕਿਸੇ ਨਾਲ ਕੀਤੀ ਕਿ ਇੱਕ ਮੈਨੂੰ ਤਾਂ ਮੇਰੀ ਤਾਂ ਬਾਂਹ ਟੁੱਟੀ ਮੈਨੂੰ ਛੱਡਤਾ ਪਰ ਜਿਹੜਾ ਲਾਲ ਟੀ ਸ਼ਰਟ ਵਾਲਾ ਮੁੰਡਾ ਸੀ ਉਹਨੂੰ ਤਾਂ ਬਹੁਤ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ ਨਾ ਨਾ ਕੋਈ ਪਰਚਾ ਨਹੀਂ ਪਹਿਲਾਂ ਪਰਚੇ ਸੀ ਉਹਦੀਆਂ ਤਰੀਕਾਂ 'ਤੇ ਰੈਗੂਲਰ ਜਾ ਰਿਹਾ ਸੀ ਬਿਨਾਂ ਕੋਈ ਚੀਜ਼ ਉਹਦੇ ਕੋਲ ਬਰਾਮਦ ਨਹੀਂ ਹੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਮੰਗ ਕਰਨੇ ਕਿ ਬੰਦੇ ਸਸਪੈਂਡ ਹੋਣੇ ਚਾਹੀਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਜਿਹੜੀ ਇਹ ਸਾਡੀ ਕਾਰਵਾਈ ਹੈ ਨਾ ਇਹ ਬਹੁਤ ਅੱਗੇ ਤੱਕ ਚੱਲੇਗੀ ਮੁੰਡੇ ਦਾ ਨਾਂ ਸੰਦੀਪ ਹੈ ਜੀ ਇਹਦੀ ਉਮਰ ਹੈਗੀ ਜੀ ਵੱਧ ਤੋਂ ਵੱਧ 27-28 ਸਾਲ ਜੀ ਇਹਦੇ 3 ਬੇਟੀਆਂ ਨੇ ਇੱਕ ਬੇਟਾ ਹੈ ਛੋਟੇ ਛੋਟੇ ਨੇ ਜੀ ਅਜੇ ਇਹ ਖਿਲਚੀ ਜਦੀਦ ਪਿੰਡ ਦਾ ਜੀ ਮੇਰਾ ਨਾਂ ਤਰਸੇਮ ਹੈ ਜੀ ਤਰਸੇਮ ਹੈ ਮੇਰਾ ਨਾਂ ਕੀ ਗੱਲਬਾਤ ਹੋਈ ਹੈ ਜੀ ਇਹ ਜਿਹੜਾ ਪੁਲਿਸ ਵਾਲਾ ਸੀ ਇਹ ਭਰਾ ਮੇਰੇ ਨਾਲ ਲਾਗਡਾਟ ਸੀ ਇਹਦੀ ਇਹ ਦੂਜੀ ਤੀਜੀ ਵਾਰ ਹੋ ਗਿਆ ਸੀ ਇਹਨੂੰ ਕੀ ਨਾਂ ਪੁਲਿਸ ਵਾਲੇ ਦਾ ਇਹਨਾਂ ਸੁਖਵਿੰਦਰ ਸਿੰਘ ਇਹਦਾ ਨਾਂ ਜੀ ਕਿੱਥੇ ਦਾ ਨਾਂ ਸੀਗਾ ਕਿੱਥੇ ਲੱਗਿਆ ਸੀ ਸਦਰ ਥਾਣੇ ਹੈ ਜੀ ਇਹਨਾਂ ਨੇ ਕੀ ਕੀਤਾ ਹੁਣ ਮਤਲਬ ਮੌਤ ਦਾ ਇਹਨਾਂ ਨੇ ਕੱਲ ਲੈ ਕੇ ਆਂਦਾ ਜੀ ਉਹਨੂੰ ਚੁੱਕ ਕੇ ਕੋਈ ਉਹਦੇ 'ਤੇ ਪਰਚਾ ਦਰਜ ਨਹੀਂ ਕੀਤਾ ਕੋਈ ਸਮਾਨ ਨਹੀਂ ਸੁੱਚਾ ਸੀ ਉਹਦੇ ਕੋਲੋਂ ਅਤੇ ਇਹਨਾਂ ਕੁੱਟ ਕੁੱਟ ਮਾਰ ਦਿੱਤਾ ਜੀ ਰਾਤ ਨੂੰ ਪੈਸਿਆਂ ਦੀ ਮੰਗ ਵੀ ਕੀਤੀ ਰਾਤ 50,000 ਦੀ ਮੰਗ ਕੀਤੀ ਸੀ ਬੰਦਾ ਛੱਡਣ ਦੀ ਸਵੇਰੇ ਅਸੀਂ ਬੰਦਾ ਲੈਣਾ ਸੀ ਦਿੱਤਾ ਨੀ ਬੰਦਾ ਇਹਨਾਂ ਫੋਨ ਕੀਤਾ ਕਹਿੰਦੇ ਵੀ ਬੰਦਾ ਤੁਹਾਡਾ ਰਿਕਾਰਡਿੰਗ ਹੈਗੀ ਸਾਡੇ ਸਰਪੰਚ ਕੋਲੇ ਗੁਆਂਢੀ ਪਿੰਡ ਕਹਿੰਦਾ ਬੰਦਾ ਤੁਹਾਡਾ ਚੜ੍ਹਾਈ ਕਰ ਗਿਆ ਇਹਦਾ ਮਤਲਬ ਮਾਰਨ ਦਾ ਕਾਰਨ ਹਾਂਜੀ ਹਾਂਜੀ ਕੁੱਟਮਾਰ ਦੇਖਦੇ ਹਾਂ ਕਾਰਵਾਈ ਕਰਦੇ ਹਾਂ ਜੋ ਵੀ ਜਿੱਥੇ ਅਸੀਂ ਬੈਠੇ ਨੇ ਥਾਣੇ ਦੱਸੂਗਾ ਵੀ ਕੀ ਹੋਇਆ ਪੁਲਿਸ ਤੇ ਇਲਜ਼ਾਮ ਸਰ ਲਗਾ ਬ੍ਰਦਰ ਡਾਕਟਰ ਦੱਸੂਗਾ ਨਾ ਕੀ ਹੋਇਆ ਜਿਹੜਾ ਪਿੰਡ ਖਿਲਚੀ ਜਦੀਦ ਦਾ ਕੀ ਮਾਮਲਾ ਕੀ ਹੈ ਜੀ ਇਹ ਨਾ ਇੱਕ ਇਹਦੇ ਖਿਲਾਫ਼ ਮੁਕੱਦਮਾ ਦਰਜ ਸੀ ਇੱਥੇ FIR ਲਾਉਣ 'ਚ ਉਹਨਾਂ ਵਿੱਚ ਚਲਾਨ ਪੇਸ਼ ਕਰਨਾ ਸੀ ਜਿਸ ਕਰਕੇ ਸਾਡਾ ASI ਸੁਖਵਿੰਦਰ ਸਿੰਘ ਕੱਲ੍ਹ ਨੂੰ ਲੈ ਕੇ ਆਇਆ ਸੀ ਲੈ ਕੇ ਆਇਆ ਗਲਤੀ ਇਹਦੀ ਇਹ ਵਿੱਚ ਲੈ ਕੇ ਆਇਆ ਸਰਪੰਚ ਆਇਆ ਸੀ ਪਿੱਛੇ ਤੇ ਉਹਨਾਂ ਨੂੰ ਹਵਾਲੇ ਕਰ ਦਿੰਦਾ ਇਹਨੇ ਉਹਨੂੰ ਇੱਥੇ ਕਮਰੇ ਸਾਈਡ 'ਤੇ ਪਾ ਲਿਆ ਸਵੇਰੇ ਉਹਦੀ ਹਾਲਤ ਖਰਾਬ ਹੋ ਗਈ ਅਤੇ ਉਹਦੀ ਹਸਪਤਾਲ 'ਚ ਜਾ ਕੇ ਮੌਤ ਹੋ ਗਈ ਉਹਦੀ ਸਰ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਹੋ ਉਹਦੇ ਖਿਲਾਫ਼ ਮੁਕੱਦਮਾ ਦਰਜ ਕਰ ਰਹੇ ਹਾਂ ਅਸੀਂ 304 APC ਦਾ ਕਿਸਦੇ ਖਿਲਾਫ਼ ਜੀ ASI ਸੁਖਵਿੰਦਰ ਸਿੰਘ ਖਿਲਾਫ਼ ਜਿਹੜਾ ਲੈ ਕੇ ਆਇਆ ਸੀ ਕਰਕੇ ਰੈਸਟ ਕਰਾਂਗੇ